ਦਿੱਲੀ ਸਿੰਘੂ ਬਾਰਡਰ ਤੇ ਮੌਜੂਦ ਹੈ ਜਿੱਥੇ ਕਿ ਹੁਣ ਤਿੰਨੇ ਖੇਤੀ ਸੁਧਾਰ ਕਾਨੂੰਨ ਰੱਦ ਹੋ ਗਏ ਐ ਐਮਐਸਪੀ ਤੇ ਵੀ ਗਾਰੰਟੀ ਮਿਲ ਚੁੱਕੀ ਹੈ ਕਿਸਾਨਾਂ ਨੂੰ ਲਿਖਤੀ ਤੌਰ ਤੇ ਮਿਲ ਚੁੱਕਿਆ ਹੈ ਤਾਂ ਹੁਣ ਕਿਸਾਨਾਂ ਵੱਲੋਂ ਦਿੱਲੀ ਤੋਂ ਵਾਪਸੀ ਪੰਜਾਬ ਵੱਲ ਨੂੰ ਚਾਲੇ ਹੁਣ ਪਾਏ ਜਾਣੇ ਆ ਤਾਂ ਫਾਰਮ ਟਰੈਕਟਰ ਹੈ ਇਹ ਹੁਣ ਫਾਰਮ ਟਰੈਕਟਰ ਜਿਹੜੇ ਆ ਬਿਲਕੁਲ ਪੰਜਾਬ ਜਾਣ ਲਈ ਤਿਆਰ ਹੈ ਸਮਾਨ ਇਹਨਾਂ ਤੇ ਲੱਦਣਾ ਸ਼ੁਰੂ ਹੋ ਗਿਆ ਕਿਸਾਨਾਂ ਵੱਲੋਂ ਜਿਹੜੇ ਇੱਥੇ ਟੈਂਟ ਲਾਏ ਗਏ ਸੀ ਜਿਹੜੇ ਤੰਬੂ ਬਣਾਏ ਗਏ ਸੀ ਉਹ ਹੁਣ ਇਹਨਾਂ ਜੇ ਟਰਾਲੀਆਂ 'ਚ ਲੱਦਣਾ ਸ਼ੁਰੂ ਕਰਤਾ ਤੁਸੀਂ ਦੇਖ ਸਕਦੇ ਹੋ ਕਿ ਸਮਾਨ ਜਿਹੜਾ ਹੈ ਕਿਸਾਨਾਂ ਵੱਲੋਂ ਲਗਭਗ ਹੁਣ ਆਪਣਾ ਸਮੇਟਣਾ ਸ਼ੁਰੂ ਹੋ ਗਿਆ ਹੈ ਤਾਂ ਤਸਵੀਰਾਂ ਤੁਹਾਨੂੰ ਦਿੱਲੀ ਸਿੰਘੂ ਬਾਰਡਰ ਤੋਂ ਦਿਖਾਵਾਂਗੇ ਤਾਂ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾਵਾਂਗੇ ਕਿ ਕਿਸਾਨਾਂ ਵੱਲੋਂ ਹੁਣ ਆਪਣਾ ਸਮਾਨ ਜਿਹੜਾ ਸਮੇਟਣਾ ਸ਼ੁਰੂ ਕਰ ਦਿੱਤਾ ਗਿਆ ਜਿੱਥੇ ਇੱਕ ਕਿਸਾਨਾਂ ਦੇ ਮਨ 'ਚ ਖੁਸ਼ੀ ਹੈ ਕਿ ਇਹ ਜੰਗ ਜਿੱਤ ਕੇ ਜਾ ਰਹੇ ਹਾਂ ਦੂਜਾ ਹੀ ਕਿਸਾਨਾਂ ਦੀਆਂ ਅੱਖਾਂ ਨਮ ਵੀ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ 5 ਤੋਂ 6 ਕਿਲੋਮੀਟਰ ਤੱਕ ਦਾ ਘੇਰਾ ਜਿਹੜਾ ਕਿਸਾਨਾਂ ਵੱਲੋਂ ਇੱਥੇ ਇੱਕ ਤੀਸਰਾ ਪੰਜਾਬ ਵਸਾਇਆ ਗਿਆ ਸੀ ਟੈਂਟ ਜਿਹੜੇ ਆ ਲਗਾਏ ਗਏ ਸੀ ਤੰਬੂ ਜਿਹੜੇ ਲਗਾਏ ਗਏ ਸੀ ਇੱਕ ਤੀਸਰਾ ਪੰਜਾਬ ਜਿਹੜਾ ਕਿਸਾਨਾਂ ਵੱਲੋਂ ਇੱਥੇ ਬਣਾਇਆ ਗਿਆ ਸੀ ਉਹ ਹੁਣ ਉਹ ਪੰਜਾਬ ਛੱਡ ਕੇ ਜਾਣਾ ਪੈ ਰਿਹਾ ਹੈ ਉਹ ਟੈਂਟ ਤੰਬੂ ਜਿਹੜੇ ਆ ਉਹ ਸਮੇਟ ਰਹੇ ਆ ਤਾਂ ਉਹ ਜਿਹੜਾ ਦੁੱਖ ਹੈ ਉਹ ਕਿਸਾਨਾਂ ਦੇ ਮਨ 'ਚ ਹੈ ਲੇਕਿਨ ਜਿਹੜੀ ਖੇਤੀ ਸੁਧਾਰ ਕਾਨੂੰਨ ਕਰਵਾਉਣ ਵਾਸਤੇ MSP ਤੇ ਗਰੰਟੀ ਅਤੇ ਹੋਰ ਜਿਹੜੀਆਂ ਮੰਗਾਂ ਵਾਸਤੇ ਕਿਸਾਨ ਇੱਥੇ ਆਏ ਸੀ ਉਹ ਮੰਗਾਂ ਹੁਣ ਕਿਸਾਨਾਂ ਵੱਲੋਂ ਕੇਂਦਰ ਕੋਲੋਂ ਮਨਵਾ ਲਈਆਂ ਗਈਆਂ ਅਤੇ ਜਿੱਤ ਦਾ ਜਸ਼ਨ ਵੀ ਜਿਹੜਾ ਕਿਸਾਨਾਂ ਵੱਲੋਂ ਮਨਾਇਆ ਜਾ ਰਿਹਾ ਤਾਂ ਤਸਵੀਰ ਤੁਸੀਂ ਦੇਖ ਲਓ ਕਿ ਹੁਣ ਕਿਸਾਨ ਜਿਹੜਾ ਹੈ ਆਪਣਾ ਸਮਾਨ ਜਿਹੜਾ ਹੈ ਉਹ ਪੈਕ ਕਰਦੇ ਹੋਏ ਦਿਖਾਈ ਦੇ ਰਹੇ ਜਿਹੜੇ ਟੈਂਟ ਜਿਹੜੇ ਬਣਾਏ ਸੀ ਉਹ ਟੈਂਟ ਹੁਣ ਇਸੇ ਤਰ੍ਹਾਂ ਹੀ ਉਤਾਰਦੇ ਦਿਖਾਈ ਦੇ ਰਹੇ ਕਿਉਂਕਿ ਕਈ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸੇ ਤਰ੍ਹਾਂ ਹੀ ਇਹ ਟੈਂਟਾਂ ਨੂੰ ਪਿੰਡ 'ਚ ਲਿਜਾ ਕੇ ਵਿਰਾਸਤ ਨੂੰ ਸਾਂਭ ਕੇ ਰੱਖਿਆ ਜਾਏਗਾ ਪਿੰਡ 'ਚ ਲਿਜਾਇਆ ਜਾਏਗਾ ਆਪਣੇ ਪਿੰਡਾਂ 'ਚ ਲਿਜਾ ਕੇ ਰੱਖਿਆ ਜਾਏਗਾ ਤਾਂ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੀਆਂ ਦੇਖ ਸਕਣ ਕਿ ਕਿਸ ਤਰ੍ਹਾਂ ਉਹਨਾਂ ਦੇ ਬਜ਼ੁਰਗਾਂ ਨੇ ਜਿਹੜੀ ਹੈ ਜੰਗ ਹੈ ਉਹ ਇੱਥੇ ਦਿੱਲੀ ਬਾਰਡਰ 'ਤੇ ਲੜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਟੈਂਟ ਜਿਹੜੇ ਲੱਗੇ ਹੋਏ ਆ ਉਹਨਾਂ ਨੂੰ ਸਮੇਟਿਆ ਜਿਹੜਾ ਹੈ ਉਹ ਜਾ ਰਿਹਾ ਤਾਂ ਗੱਲਬਾਤ ਕਰਾਂਗੇ ਆਪਾਂ ਬਾਪੂ ਜੀ ਹੁਣਾਂ ਨਾਲ ਬਾਪੂ ਜੀ ਕੀ ਕਹਿਣਾ ਚਾਹੋਗੇ ਇੱਕ ਸਾਲ ਦਾ ਸਮਾਂ ਲੱਗਾ ਜਿੱਤ ਮਿਲ ਗਈ ਹਾਂਜੀ ਜਿੱਤ ਮਿਲ ਗਈ ਸਾਨੂੰ ਬਹੁਤ ਖੁਸ਼ੀ ਆ ਅਸੀਂ 1 ਸਾਲ ਤੋਂ ਜ਼ਿਆਦਾ ਟਾਈਮ ਪਹਿਲਾਂ ਇੱਥੇ ਆਏ ਸੀ ਉਦੋਂ ਸਾਨੂੰ ਵਿਸ਼ਵਾਸ ਨਹੀਂ ਸੀ ਵੀ ਮੋਦੀ ਸਾਡੀਆਂ ਮੰਗਾਂ ਮੰਨੇਗਾ ਕਿ ਨਹੀਂ ਮੰਨੇਗਾ ਅੱਜ ਅਸੀਂ ਜਿੱਤ ਗਏ ਅਤੇ ਅੱਜ ਅਸੀਂ ਬਹੁਤ ਖੁਸ਼ੀ ਖੁਸ਼ੀ ਸਾਡੇ ਬੱਚੇ ਨਾਲ ਸਾਰੇ ਆਹ ਸਾਰਾ ਕੁਝ ਜਿਹੜਾ ਅਸੀਂ ਇੱਥੇ ਲਾਇਆ ਸੀ ਅਸੀਂ ਲਿਜਾ ਰਹੇ ਹਾਂ ਬਾਪੂ ਜੀ ਇਹਨੂੰ ਇਸ ਤਰ੍ਹਾਂ ਹੀ ਲਿਜਾ ਕੇ ਪਿੰਡ 'ਚ ਕਿਤੇ ਲਾਇਆ ਜਾਵੇਗਾ ਪਿੰਡ 'ਚ ਅਸੀਂ ਯਾਦਗਾਰ ਬਣਾਵਾਂਗੇ ਅਸੀਂ ਹਾਂ ਸਾਂਝੇ ਥਾਂ 'ਤੇ ਰੱਖਾਂਗੇ ਅਸੀਂ ਕਿਸਾਨ ਮੋਰਚੇ ਦੇ ਨਾਂ 'ਤੇ ਇਹਦੇ ਉੱਤੇ ਬੈਨਰ ਲਾਵਾਂਗੇ ਅਤੇ ਬਾਕੀ ਜਿੰਨੇ ਸਾਡਾ ਸਹਿਯੋਗ ਮਿਲਿਆ ਸਾਡੇ ਨੌਜਵਾਨਾਂ ਦਾ ਉਹਨਾਂ ਨੂੰ ਅਸੀਂ ਨਾਂ ਰੱਖਾਂਗੇ ਨੌਜਵਾਨ ਵੀ ਇੱਥੇ ਮੌਜੂਦ ਹੈ ਗੱਲਬਾਤ ਨੌਜਵਾਨਾਂ ਨਾਲ ਕਰਾਂਗੇ ਭਾਜੀ ਕੀ ਨਾਮ ਹੈ ਤੇ ਕਿਹੜੇ ਪਿੰਡ ਤੋਂ ਜੀ ਮੇਰੇ ਹਰਪ੍ਰੀਤ ਨਾਮ ਹੈ ਰਾਜਣਾ ਪਿੰਡ ਜੀ ਕੀ ਕਹਿਣਾ ਚਾਹੋਗੇ ਜਿੱਤ ਮਿਲ ਗਈ 1 ਸਾਲ ਦਾ ਸਮੇਂ ਲੱਗਿਆ ਲੇਕਿਨ ਅੱਖਾਂ ਕਿਸਾਨਾਂ ਦੀਆਂ ਨਮ ਹੈ ਕਿਉਂਕਿ ਇੰਨਾ ਵਸਦਾ ਪੰਜਾਬ ਇੱਕ ਤੀਸਰਾ ਜਿਹੜਾ ਬਣਾਏ ਉਹ ਛੱਡ ਕੇ ਜਾ ਰਹੇ ਦੇਖੋ ਵੀਰੇ ਅੱਖਾਂ ਦਾ ਨਾਮ ਨਾ ਕਿਸਾਨਾਂ ਦੀਆਂ ਤਾਂ ਕਿਉਂਕਿ 750 ਦੇ ਕਿਸਾਨ ਜਿਹੜਾ ਸ਼ਹੀਦ ਹੋਇਆ ਉਹਨਾਂ ਕਰਕੇ ਕਿਤੇ ਨਾ ਕਿਤੇ ਹਰ ਇੱਕ ਦੇ ਦਿਲ 'ਚ ਦਰਦ ਆ ਬਾਕੀ ਚਲੋ ਠੀਕ ਹੈ ਜਿੱਤ ਮਿਲੀ ਆ ਖੁਸ਼ੀ ਵੀ ਇਸ ਗੱਲ ਦੀ ਪਰ ਜਿਹੜੀਆਂ ਇੱਥੇ ਸਾਡੀਆਂ ਯਾਦਾਂ ਰਹਿ ਗਈਆਂ ਉਹ ਅਸੀਂ ਹਰ ਟਾਈਮ ਲੰਘਦੇ ਟੱਪਦੇ ਉੱਤੇ ਮਹਿਸੂਸ ਕਰਿਆ ਕਰਾਂਗੇ ਬੱਚਿਆਂ ਨੂੰ ਦੱਸਿਆ ਕਰਾਂਗੇ ਵੀ ਇੱਥੇ ਆਹ ਅੰਦੋਲਨ ਚੱਲਿਆ ਸੀ ਕਿਸੇ ਟਾਈਮ ਉਹਨੂੰ ਅਸੀਂ ਫਤਿਹ ਕੀਤਾ ਸੀ ਅਤੇ ਜਿਹੜਾ ਟੈਂਟ ਜਿਹੜੇ ਤੰਬੂ ਜਿਹੜੇ ਆ ਉਹ ਇਸੇ ਤਰ੍ਹਾਂ ਲੈ ਕੇ ਜਾਓਗੇ ਪਿੰਡਾਂ 'ਚ ਹਾਂਜੀ ਵੀਰੇ ਜਿਵੇਂ ਅਸੀਂ ਮਿਹਨਤ ਨਾਲ ਬਣਾਏ ਆ ਇਸੇ ਤਰ੍ਹਾਂ ਅਸੀਂ ਪਿੰਡ ਦੀ ਕਿਸੇ ਸੱਥ 'ਚ ਕਿਤੇ ਕੋਈ ਵੀ ਅਸੀਂ ਯਾਦਗਾਰ ਜਗ੍ਹਾ ਬਣਾ ਕੇ ਬੈਠਣ ਨੂੰ ਉਹਨਾਂ ਦੇ ਲਈ ਥਾਂ ਬਣਾਵਾਂਗੇ ਬਜ਼ੁਰਗਾਂ ਨੇ ਇੱਥੇ ਇਤਿਹਾਸ ਵੀ ਲਿਖਿਆ ਜਾਏਗਾ 1 ਸਾਲ ਦਾ ਕਿ ਤਾਂ ਜੋ ਆਉਣ ਵਾਲੇ ਬੱਚੇ ਸਾਡੇ ਇਤਿਹਾਸ ਪੜ੍ਹ ਸਕਣਗੇ ਸਾਡੇ ਪਿੰਡ ਦੇ ਬਜ਼ੁਰਗਾਂ ਨੇ ਇਸ ਤਰ੍ਹਾਂ ਸੰਘਰਸ਼ ਲੜਿਆ ਸੀ ਹਾਂਜੀ ਇਤਿਹਾਸ ਤਾਂ ਦੇਖੋ ਤੁਸੀਂ ਸਾਰੇ ਜਾਣਕਾਰੀਆਂ ਇਤਿਹਾਸ ਤਾਂ ਇਹ ਬਣ ਗਿਆ ਪਰਮਾਤਮਾ ਦੀ ਕਿਰਪਾ ਰਹੀ ਹੈ ਇੱਕ ਬਹੁਤ ਇਤਿਹਾਸਿਕ ਜਿੱਤ ਬਣੀ ਹੈ ਇਹ ਇਸ ਉੱਪਰ ਕੁਛ ਬੱਕਾਂ ਬਣ ਗਈਆਂ ਕੋਈ ਬੱਚਿਆਂ ਨੂੰ ਕਿਸੇ ਤਰ੍ਹਾਂ ਸਮਝਾਊਗਾ ਇਹ ਇੱਕ ਤਰ੍ਹਾਂ ਦਾ ਇਤਿਹਾਸ ਬਹੁਤ ਵਧੀਆ ਰਚਿਆ ਗਿਆ ਹੈ ਕੀ ਕਹਿਣਾ ਚਾਹੋਗੇ ਬਾਪੂ ਜੀ ਦੇਖੋ ਜੀ ਇਤਿਹਾਸਿਕ ਜਿੱਤ ਆ ਸਾਡੀ ਵੇਖੋ ਬਈ ਹਜੇ ਸਾਡੀ ਜਿੱਤ ਹੋਈ ਨਹੀਂ ਸੀ ਫਿਲਮ ਪਹਿਲਾਂ ਬਣ ਕੇ ਆ ਗਈ ਫਿਲਮ ਆ ਗਈ ਅਤੇ ਸਾਰਾ ਇਹ ਵੀ ਗਾਂਹ ਤੋਂ ਅੱਗੇ ਤੋਂ ਫਿਲਮਕਾਰ ਵੀ ਫਿਰਦੇ ਆ ਬਈ ਕਿਸਾਨਾਂ ਦੀ ਜਿੱਤ ਦਾ ਅਸੀਂ ਕਰੀਏ ਹਾਂਜੀ ਹਾਂਜੀ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਸਮਾਨ ਜਿਹੜਾ ਕਿਸਾਨਾਂ ਵੱਲੋਂ ਇੱਥੇ
टेंट च जिहड़ा लिया के रखे वह हुण समेटना शुरू हो गया क्योंकि 11 तरीक न फतेह मार्च के रूप से जिहड़ा पंजाब किसानों ने जाना है पहला सरहंद फतेहगढ़ साहब नतमस्तक होणगे उस तों बाद किसान जथेबंदियां दा अगला प्रोग्राम सचखंड श्री दरबार साहब जाके नतमस्तक होण दा तां तुसीं देख सकते हो कि हुण समान जिहड़ा है वह शुरू हो गया लदना ट्रक लिया गया ट्रक दे विच इस तंबू नूं लैके जाणगे ते किसी भी तरह की कहिंदे तंबू नाल छेड़छाड़ नहीं होएगी इस तों भी वधिया तरीके नाल पिंड जाके इस तंबू नूं बनाया जाएगा लगाया जाएगा उत्थे यादगार बनाई जाएगी ता जो कि पिंड वासी पिंड दे बच्चे जिहड़े है इस यादगार तो सीध लै सकन कि किस तरह बजुर्गों वालों जिहड़ा है संघर्ष है इत्थे वो लड़िया गया सी ਤਾਂ ਜਮਹੂਰੀਅਤ ਕਿਸਾਨ ਸਭਾ ਪੰਜਾਬ ਵੱਲੋਂ ਵੀ ਜਿਹੜਾ ਆਪਣਾ ਸਮਾਨ ਹੈ ਉਹ ਪੈਕ ਕਰ ਲਿਆ ਗਿਆ ਤਾਂ ਟਰਾਲੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸਮਾਨ ਹੁਣ ਮੰਜੇ ਬਿਸਤਰੇ ਜੋ ਹੈ ਉਹ ਪੈਕ ਕਰਕੇ ਪੰਜਾਬ ਜਾਣਾ ਸ਼ੁਰੂ ਹੋ ਗਿਆ ਤਾਂ ਦੂਸਰੇ ਬੰਨੇ ਤੁਹਾਨੂੰ ਤਸਵੀਰਾਂ ਲਗਾਤਾਰ ਹੀ ਇੱਥੋਂ ਦਿਖਾ ਰਹੇ ਹਾਂ ਕਿ ਕਿਸਾਨਾਂ ਵੱਲੋਂ ਜਿੰਨੇ ਇੱਥੇ ਪ੍ਰਬੰਧ ਕੀਤੇ ਗਏ ਸੀ ਬਿਜਲੀ ਦੇ ਪ੍ਰਬੰਧ ਕੀਤੇ ਗਏ ਸੀ ਪੱਕੇ ਤੌਰ 'ਤੇ ਜਿਹੜੇ ਹੈ ਸ਼ੈੱਡ ਹੈ ਉਹ ਪਾਏ ਗਏ ਸੀ ਤਾਂ ਹੁਣ ਸਵੇਰ ਤੋਂ ਹੀ ਕਿਸਾਨਾਂ ਵੱਲੋਂ ਉੱਠ ਕੇ ਉਹ ਸਮਾਨ ਸਾਰਾ ਹੈ ਪੈਕ ਕੀਤਾ ਜਾ ਰਿਹਾ ਹੈ ਕਿਉਂਕਿ ਕੱਲ੍ਹ ਨੂੰ ਪੰਜਾਬ ਜਾਣਾ ਹੈ ਫਤਿਹ ਮਾਰਚ ਦੇ ਰੂਪ 'ਚ ਜਾਣਾ ਹੈ ਤਾਂ ਇਸ ਕਰਕੇ ਇੱਕ ਦਿਨ ਪਹਿਲਾਂ ਹੀ ਜਿਹੜਾ ਇਹ ਸਮਾਨ ਹੈ ਉਹ ਪੈਕ ਕਰਨਾ ਇੱਥੇ ਕਿਸਾਨਾਂ ਨੌਜਵਾਨਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਸਮਾਨ ਨੌਜਵਾਨਾਂ ਵੱਲੋਂ ਪੈਕ ਕੀਤਾ ਜਾ ਰਿਹਾ ਅਸੀਂ ਹੋਰ ਵੀ ਇੱਥੇ ਨੌਜਵਾਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿਣਾ ਉਹਨਾਂ ਦਾ ਇਸ ਜਿੱਤ ਬਾਰੇ ਲੇਕਿਨ ਫਿਲਹਾਲ ਜਿੰਨੇ ਨੌਜਵਾਨ ਹੈ ਸਾਰੇ ਨੌਜਵਾਨ ਸਮਾਨ ਉਤਾਰਨ ਦੇ ਵਿੱਚ ਬਿਜ਼ੀ ਹੈ ਸਾਰੇ ਸਮਾਨ ਉਤਾਰਨ ਦੇ ਵਿੱਚ ਲੱਗੇ ਹੋਏ ਆ ਤਾਂ ਤਸਵੀਰਾਂ ਲਗਾਤਾਰ ਹੀ ਸਿੰਘੂ ਬਾਰਡਰ ਦੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਧਰ ਨੂੰ ਨਜ਼ਰ ਪੈਂਦੀ ਹੈ ਹਰ ਪਾਸੇ ਤੰਬੂ ਦਿਖਾਈ ਦਿੰਦੇ ਸੀ ਤਾਂ ਹੁਣ ਤੰਬੂਆਂ ਦੇ ਵਿੱਚੋਂ ਸਮਾਨ ਉਤਾਰਦੇ ਹੋਏ ਨੌਜਵਾਨ ਬਜ਼ੁਰਗ ਦਿਖਾਈ ਦੇ ਰਹੇ ਆ ਕਹਿਣਾ ਉਹਨਾਂ ਦਾ ਇਹੀ ਹੈ ਕਿ ਬੜੇ ਚਾਵਾਂ ਨਾਲ ਇਹ ਤੰਬੂ ਜਿਹੜੇ ਤਿਆਰ ਕੀਤੇ ਸੀ ਜਿੱਤ ਹੋਈ ਹੈ ਉਸ ਚੀਜ਼ ਦੀ ਖੁਸ਼ੀ ਹੈ ਲੇਕਿਨ ਇਹ ਸਾਰਾ ਕੁਝ ਛੱਡ ਕੇ ਜਾਣਾ ਪੈ ਰਿਹਾ ਇਸ ਚੀਜ਼ ਦਾ ਗਮ ਵੀ ਹੈ ਕਿਉਂਕਿ ਬਹੁਤ ਸਾਰੇ ਰਿਸ਼ਤੇ ਇੱਥੇ ਅਜਿਹੇ ਬਣੇ ਸੀ ਜਿਨ੍ਹਾਂ ਨੂੰ ਕਿ ਅਸੀਂ ਪਹਿਲੇ ਕਦੀ ਸੋਚਿਆ ਵੀ ਨਹੀਂ ਸੀ ਜਾਂ ਕਦੀ ਜਾਣਦੇ ਵੀ ਨਹੀਂ ਸੀ ਉਹ ਰਿਸ਼ਤੇ ਇੱਥੇ ਬਣੇ ਹੋਏ ਸੀ ਤਾਂ ਹੁਣ ਉਹ ਰਿਸ਼ਤੇ ਜਿਹੜੇ ਆ ਇਸ ਤਰ੍ਹਾਂ ਹੀ ਛੱਡ ਕੇ ਜਾਣੇ ਪੈ ਰਹੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਗਾ ਕੇ ਜਾਂ ਆਪਣੇ ਜਿੰਨੇ ਵੀ ਕਿਸਾਨਾਂ ਦੇ ਜਿਹੜੇ ਆਈਡਲ ਸੀ ਉਹਨਾਂ ਦੀਆਂ ਤਸਵੀਰਾਂ ਲਗਾ ਕੇ ਇੱਥੇ ਇੱਕ ਕਲੋਨੀ ਟਾਈਪ ਬਣਾਈ ਗਈ ਸੀ ਤੁਸੀਂ ਦੇਖ ਸਕਦੇ ਹੋ ਪਹਿਲੇ ਇੱਥੇ ਮਕਾਨ ਨੰਬਰ 67 ਸੀ ਹੁਣ ਮਕਾਨ ਨੰਬਰ ਫਿਰ ਅੱਗੇ 60 ਆ ਗਿਆ ਕੀਰਤੀ ਕਿਸਾਨ ਯੂਨੀਅਨ ਯੂਥ ਵਿੰਗ ਜਿਹੜਾ ਪਾਤੜਾ ਪਟਿਆਲਾ ਤੋਂ ਇੱਥੇ ਆ ਤੰਬੂ ਜਿਹੜਾ ਲਗਾਇਆ ਗਿਆ ਤਾਂ ਹਰ ਇੱਕ ਨੌਜਵਾਨ ਵੱਲੋਂ ਹਰ ਇੱਕ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਆਪਣੇ ਪਿੰਡ ਦਾ ਨਾਮ ਵਧੀਆ ਤਰੀਕੇ ਨਾਲ ਲਿਖ ਕੇ ਪਿੰਡ ਜਿਹੜਾ ਹੈ ਉਹ ਵਸਾਇਆ ਜਾਵੇ ਤਾਂ ਹੁਣ ਜਿਹੜੀ ਆ ਸਰਵਿਸ ਲਾਈਨ ਵੀ ਪੂਰੀ ਤਰੀਕੇ ਨਾਲ ਖੋਲ੍ਹ ਦਿੱਤੀ ਗਈ ਹੈ ਕਿਸਾਨਾਂ ਵੱਲੋਂ ਵੀ ਖੋਲ੍ਹ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਵੀ ਬੈਰੀਗੇਟਿੰਗ ਜਿਹੜੀ ਹੈ ਅੱਧੀ ਕੁ ਖੋਲ੍ਹ ਦਿੱਤੀ ਗਈ ਤਾਂ ਜੋ ਜਿਹੜੀ ਦਿੱਲੀ ਜਾਣ ਵਾਲੀ ਟ੍ਰੈਫਿਕ ਹੈ ਉਹ ਵੀ ਇੱਥੇ ਹੁਣ ਸ਼ੁਰੂ ਹੋ ਗਈ ਆ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਬਾਪੂ ਹੁਣੇ ਪੰਜਾਬ ਨੂੰ ਜਾ ਰਹੇ ਆ ਅਤੇ ਬਾਪੂ ਜੀ ਕੀ ਕਹੋਗੇ ਹੁਣ ਜਿੱਤ ਕੇ ਜਾ ਰਹੇ ਜਿੱਤ ਕੇ ਜਾ ਰਹੇ ਬੜੀ ਖੁਸ਼ੀ ਹੋਈ ਸਾਨੂੰ ਜੀ ਬਹੁਤ ਹਾਂਜੀ ਹਾਂਜੀ ਬਿਲਕੁਲ ਜੀ ਪੂਰਾ ਕਹਿੰਦੇ ਸਾਲ ਹੋ ਗਿਆ ਜਿੱਤ ਕੇ ਜਾ ਰਹੇ ਹਾਂ ਬੜੀ ਖੁਸ਼ੀ ਹੈ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿੱਲੀ ਸਿੰਘੂ ਬਾਰਡਰ ਤੋਂ ਦਿਖਾਈਆਂ ਜਿੱਥੇ ਜਸ਼ਨ ਮਨਾਇਆ ਜਾ ਰਿਹਾ ਜਿੱਤ ਦੇ ਗੀਤ ਜਿਹੜੇ ਆ ਉਹ ਟਰੱਕਾਂ ਟਰਾਲੀਆਂ 'ਚ ਹੁਣ ਸੁਣਨ ਨੂੰ ਮਿਲ ਰਿਹਾ ਤਾਂ ਕਿਸਾਨਾਂ ਨੌਜਵਾਨਾਂ ਵੱਲੋਂ ਵੀ ਜਿਹੜੇ ਟੈਂਟ ਤੰਬੂ ਇੱਥੇ ਪਾਏ ਗਏ ਸੀ ਉਹ ਉਤਾਰਨ ਸ਼ੁਰੂ ਹੋ ਗਏ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਟੈਂਟ ਤੰਬੂਆਂ ਨੂੰ ਹੁਣ ਆਪਣੇ ਪਿੰਡਾਂ 'ਚ ਜਾ ਕੇ ਲਗਾਉਣਗੇ ਤਾਂ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਇਹ ਦੇਖ ਸਕਣ ਕਿ ਉਹਨਾਂ ਦੇ ਬਜ਼ੁਰਗਾਂ ਨੇ ਕਿਸ ਤਰ੍ਹਾਂ ਸੰਘਰਸ਼ ਲੜਿਆ ਇੱਕ ਸਾਲ ਜਿਹੜਾ ਦਿੱਲੀ ਸੰਘਰਸ਼ ਚੱਲਿਆ ਕਿਸ ਤਰ੍ਹਾਂ ਉਹਨਾਂ ਦੇ ਬਜ਼ੁਰਗ ਰਹਿੰਦੇ ਰਹੇ ਲੇਕਿਨ ਜਿੱਤ ਕਿਸਾਨਾਂ ਦੇ ਮਨ ਦੇ ਵਿੱਚ ਜਿੱਤ ਦੀ ਖੁਸ਼ੀ ਜਿਹੜੀ ਆ ਉਹ ਜ਼ਰੂਰ ਹੈ ਕਿ ਖੇਤੀ ਸੁਧਾਰ ਕਾਨੂੰਨ ਜੋ ਰੱਦ ਕਰਵਾਉਣ ਆਏ ਸੀ ਉਹ ਰੱਦ ਕਰਵਾ ਕੇ ਵੀ ਹੁਣ ਵਾਪਸ ਜਾ ਰਹੇ ਹਨ ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ ਓਪਨ ਪੰਜਾਬੀ .com ਦਿੱਲੀ ਸਿੰਘ ਬਾਰਡਰ